ਦੀ ਆਵਾਜ਼ ਨਿਊਜ਼ ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਤੁਹਾਨੂੰ ਰਸੂਲਪੁਰ ਦੀ ਦਾਣਾ ਮੰਡੀ 'ਚ ਆਉਣੀ ਹੋਈ, ਉੱਥੇ ਬਾਹਰੋਂ ਹੋਰ ਸਟੇਟਾਂ ਦਾ ਝੋਨਾ ਆਇਆ, ਪੁੱਛਦੇ ਹਾਂ ਉਹ ਮਾਮਲਾ ਕੀ ਆ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਗੁਰਪਾਲ ਸਿੰਘ ਹੈ ਮੈਨੂੰ। ਅੱਛਾ, ਕੀ ਕੰਮ ਆ ਤੁਹਾਡਾ ਮੰਡੀ ਦੇ ਵਿੱਚ? ਮੇਰਾ ਕੰਮ ਹੈ ਜੀ ਮਾਲ ਸਾਫ਼ ਕਰਨਾ ਅਤੇ ਭਰਨਾ। ਹੋਰ ਇਹ ਕਿਸਾਨਾਂ ਦਾ ਇੱਕ ਰੋਸ ਹੈ ਵੀ ਬਾਹਰੋਂ ਝੋਨਾ ਆਇਆ ਹੋਇਆ। ਨਹੀਂ, ਇਹਦੇ ਬਾਰੇ ਮੈਨੂੰ ਨਹੀਂ ਕੁਛ ਪਤਾ ਜੀ। ਮੈਨੂੰ ਤਾਂ ਇਹ ਮਾਲਕ ਨੇ ਕਹਿਤਾ ਵੀ ਤੁਸੀਂ ਮਾਲ ਆਉਂਦਾ 1.5 ਕਿਆ ਤਾਂ ਲਾਉਣਾ ਤੁਸੀਂ, ਤੇ ਮੈਂ ਲਾਤਾ। ਕਾਹਦੇ ਤੇ ਆਇਆ ਸੀ ਇਹ? ਵਰਤ ਗੱਡੀ ਤੇ ਆਇਆ ਸੀ। ਬੋਰੀਆਂ 'ਚ ਆਇਆ ਜਾਂ ਖੁੱਲ੍ਹਾ ਆਇਆ ਸੀ? ਭਾਈ ਖੁੱਲ੍ਹਾ ਸੀ, ਕੁਛ ਬੋਰੀਆਂ ਸੀ, ਵਿੱਚੇ ਰਲਮਾ ਜਿਹਾ ਸੀਗਾ। ਬੋਰੀਆਂ ਸਰਕਾਰੀ ਸੀ ਜਾਂ ਪ੍ਰਾਈਵੇਟ ਸੀ? ਉਹ ਨਹੀਂ ਪਤਾ ਨਹੀਂ, ਉਹ ਤਾਂ ਵਾਰਨਾ ਦੂਜਾ ਸੀ, ਪੁਰਾਣਾ ਜਿਹਾ ਬਾਹਰ ਦੇਣਾ ਪੁਰਾਣਾ ਸੀ। ਹੋਰ ਤੁਹਾਡੇ ਕੋਲ ਕੀ ਜਾਣਕਾਰੀ ਉਹਦੇ ਬਾਰੇ? ਨਹੀਂ, ਮੈਨੂੰ ਤਾਂ ਬਸ ਕੋਈ ਜਾਣਕਾਰੀ ਨਹੀਂ, ਪਰ ਇਹੀ ਆ ਵੀ ਉਹ ਮਾਲ ਲਾ ਗਏ ਤੇ ਲਾਤਾ ਸੀ, ਉਹ ਲੈ ਗੱਡੀ ਲਾਤੇ ਸੀ ਬਸ। ਕਿਹਨੇ ਕਹੀ ਤੁਹਾਨੂੰ ਕੀ ਰਹਾ ਉਹਨਾਂ ਦਾ? ਕਿਹਦਾ ਜੀ? ਜਿਹਨੇ ਤੁਹਾਨੂੰ ਕਿਹਾ ਵੀ ਝੋਨਾ ਆਊਗਾ ਉਹਨੂੰ ਲਾਉਣਾ ਮੈਂ, ਤੁਸੀਂ ਦੇਖ ਭਾਲ ਕਰਨੀ ਉਹਦੀ? ਉਹਦਾ ਨਾਂ ਕੀ ਆ? ਉਹਨਾਂ ਬਲਵੰਤ ਆ ਜੀ। ਕੌਣ? ਬਲਵੰਤ ਸਿੰਘ ਕੀ ਆੜਤੀ ਆ ਜਾਂ ਕੀ ਆ? ਮਲੀਮ ਆ ਜੀ। ਮਲੀਮ? ਕਦੋਂ ਦਾ ਇਹ ਝੋਨਾ ਆਇਆ ਤੁਹਾਡੇ ਕੋਲੇ? ਪਰਸੋਂ ਆਇਆ ਜੀ, ਕੱਲ੍ਹ ਆਇਆ। ਕਿੰਨੀਆਂ ਗੱਡੀਆਂ ਆਈਆਂ ਨੇ? ਦੋ ਆ ਜੀ। ਕਿੰਨੇ ਕੁਇੰਟਲ ਝੋਨਾ ਇਹਦੇ 'ਚ? ਪਤਾ ਨਹੀਂ, ਮੈਂ ਤਾਂ ਪਤਾ ਨਹੀਂ ਕਿੰਨਾ। ਮੈਂ ਸਾਫ਼ ਸਫਾਈ ਕਰੀ ਹੋਈ ਆ ਤੁਹਾਨੂੰ? ਹਾਂਜੀ। ਮਿਣਤੀ ਗਿਣਤੀ ਹਜੇ ਹੋਈ ਨਹੀਂ ਇਹਦੀ? ਨਹੀਂ, ਕੁਛ ਨਹੀਂ, ਇਹ ਤਾਂ ਸਾਫ਼ ਹੀ ਹੋਇਆ ਜੀ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਨਾਲ। ਹਾਂਜੀ ਅਵਤਾਰ ਸਿੰਘ ਜੀ, ਪਹਿਲਾਂ ਤਾਂ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਇਹ ਕੀ ਮਸਲਾ ਜੀ? ਇਹ ਸਰ ਮਸਲਾ ਇਹ ਆ, ਪਿਛਲੇ ਸਮੇਂ ਤੋਂ ਜੋ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਇਹ ਜਿਹੜੇ ਖੇਤੀ ਆਰਡੀਨੈਂਸ ਆ, ਇਹ ਅਸਲ 'ਚ ਜੋ ਸਰਕਾਰ ਨੇ ਕੀਤਾ ਨਾ ਖੁੱਲ੍ਹੀ ਮੰਡੀ ਦਾ ਫੈਸਲਾ, ਵੀ ਜਿੱਥੋਂ ਮਰਜ਼ੀ ਝੋਨਾ ਚੱਕ ਕੇ ਜਿੱਥੇ ਮਰਜ਼ੀ ਕੋਈ ਵੇਚ ਸਕਦਾ। ਪਹਿਲੀ ਗੱਲ ਤਾਂ ਮੈਂ ਇਹ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਝੋਨਾ ਆਇਆ, ਕਿਸੇ ਗਰੀਬ ਕਿਸਾਨ ਦਾ ਝੋਨਾ, ਇਹ ਯੂਪੀ ਜਾਂ ਬਿਹਾਰ 'ਚੋਂ ਆਇਆ, ਇਹ 500-700 ਰੁਪਏ ਕੁਇੰਟਲ ਲੈ ਕੇ ਪੰਜਾਬ 'ਚ ਹਜੇ ਜਿਹੜੀ ਸਰਕਾਰੀ ਖਰੀਦ ਚਾਲੂ ਆ, 1868 ਰੁਪਏ ਰੇਟ ਚੱਲਦਾ ਜੀ ਇੱਥੇ, 1888 ਰੁਪਏ ਰੇਟ ਆ ਇੱਥੇ, ਉੱਥੋਂ ਸਸਤਾ ਖਰੀਦ ਕੇ ਝੋਨਾ ਇੱਥੇ ਮਹਿੰਗਾ ਪੰਜਾਬ 'ਚ ਵੇਚਿਆ ਜਾ ਰਿਹਾ। ਇਹ ਉੱਥੋਂ ਦੇ ਚਾਹੇ ਉਹ ਯੂਪੀ ਦਾ ਕਿਸਾਨ ਆ, ਚਾਹੇ ਉਹ ਬਿਹਾਰ ਦਾ ਕਿਸਾਨ ਆ, ਉਹਦੀ ਇਹ ਸਿੱਧੀ ਲੁੱਟ ਆ। ਇਹੀ ਖੁੱਲ੍ਹੀ ਮੰਡੀ ਜਿਹੜੀ, ਇਹੀ ਚਾਹੁੰਦੀ ਆ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ, ਵੀ ਕਾਰਪੋਰੇਟ ਘਰਾਣੇ ਜਦੋਂ ਸਰਕਾਰੀ ਖਰੀਦ ਬੰਦ ਹੋਣੀ ਆ, ਕਿਸਾਨਾਂ ਦੀ ਲੁੱਟ ਕਰੂਗੀ, ਸਸਤੀ ਚੀਜ਼ ਖਰੀਦ ਕੇ ਜਿੱਥੇ ਮਹਿੰਗੀ ਵੇਚਦੀ ਹੈ, ਵਿਕਦੀ ਉੱਥੇ ਵੇਚੂਗੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਇਹ 'ਤੇ ਵੀ ਇਹ ਜਿਹੜਾ ਜਦੋਂ ਪੰਜਾਬ ਸਰਕਾਰ ਨੇ ਰੋਕ ਲਾਈ ਹੋਈ ਆ ਵੀ ਜਿਹੜਾ ਬਾਹਰਲੀ ਜਿਨਸ ਆ, ਚਾਹੇ ਉਹ ਝੋਨਾ ਚਾਹੇ ਕਣਕ ਆ, ਉਹ ਪੰਜਾਬ ਦੇ ਵਿੱਚ ਆ ਕੇ ਨਹੀਂ ਵਿਕ ਸਕਦੀ। ਇੱਕ ਪਾਸੇ ਤਾਂ ਸਰਕਾਰ ਨੇ ਹੁਣ ਜਿਹੜਾ ਖੇਤੀ ਕਾਨੂੰਨ ਲਾਗੂ ਕਰਿਆ, ਹਾਂਜੀ, ਇਹਦੇ 'ਤੇ ਇਹ ਆ ਵੀ ਜਿੱਥੇ ਮਰਜ਼ੀ ਤੁਸੀਂ ਫਸਲ ਵੇਚ ਸਕਦੇ ਹੋ। ਹਾਂਜੀ, ਜੇ ਉਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਵੀ ਇੱਥੇ ਉਹ ਫਸਲ ਆਈ ਹੋਈ ਆ, ਜਿੱਥੇ ਮਰਜ਼ੀ ਸਾਡਾ ਦਿਲ ਕਰਿਆ ਵੇਚਾਂਗੇ, ਇੱਥੇ ਵੇਚਤੀ, ਤਾਂ ਇਹਦੇ ਬਾਰੇ ਜਿਹੜੇ ਇੱਥੇ ਵਾਲੇ ਕਿਸਾਨ ਆ, ਲੋਕਲ ਕਿਸਾਨ ਆ, ਉਹਨਾਂ ਦੀ ਫਸਲ ਕਿਤੇ ਨਾ ਕਿਤੇ ਵਿਚੋਂ ਵਿਕਣੋ ਨਹੀਂ ਰਹਿ ਜੂਗੀ? ਨਹੀਂ ਜੀ, ਇੱਕ ਮਿੰਟ, ਇਹ ਸਵਾਲ ਹੋਰ ਆ ਤੁਹਾਡਾ। ਅਸਲ 'ਚ ਮਤਲਬ ਤਾਂ ਹੁਣ ਸਟਾਕ ਤਾਂ ਇੱਥੋਂ ਮੰਡੀ 'ਚੋਂ ਚੱਕਣਾ, ਇੰਨੇ ਟਨ ਚੱਕਣਾ, ਜੇ ਬਾਹਰੋਂ ਉੰਨੇ ਟਨ ਬਾਹਰੋਂ ਆ ਗਿਆ ਤੋਂ ਵੱਧ ਆ ਗਿਆ ਤਾਂ ਇੱਥੇ ਵਾਲਾ ਕਿਸਾਨ? ਹਾਂ ਹਾਂ, ਉਹਦੀ ਸਮੱਸਿਆ ਆਊਗੀ। ਇਹੀ ਗੱਲ ਮੈਂ ਕਰਨ ਨੂੰ ਚਾਹੁੰਦਾ ਸੀਗਾ ਵੀ ਜਿਹੜੀ ਪੰਜਾਬ ਸਰਕਾਰ ਨੇ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਬਾਵਜੂਦ ਵੀ ਖੇਤੀ ਕਾਨੂੰਨ ਉਹ ਰੋਕ ਲਾਈ ਹੋਈ ਹੈ ਵੀ ਬਾਹਰਲਾ ਜਿਹੜਾ ਬਾਹਰਲੇ ਸੂਬਿਆਂ ਦੀ ਜਿਹੜੀ ਜਿਨਸ ਆ ਇੱਥੇ ਨਹੀਂ ਵਿਕ ਸਕਦੀ, ਪਹਿਲਾਂ ਪੰਜਾਬ ਦੀ ਖਰੀਦ ਕਰਨੀ ਆ। ਜੇ ਇਹ ਝੋਨਾ ਇੱਥੇ ਵਿਕ ਗਿਆ, ਜਿੰਨਾ ਸਟਾਕ ਜਿਹੜੇ ਖਰੀਦਦਾਰਾਂ ਨੇ ਲੈਣਾ, ਚਾਹੇ ਉਹ ਮਾਰਕ ਫੈੜਾ, ਚਾਹੇ ਪਨਸਪਾ ਜਾਂ ਪੰਜਾਬ ਦੀ ਖਰੀਦ ਆ, ਜਿਹੜੇ ਉਹਨਾਂ ਨੇ ਸਟਾਕ ਲੈਣਾ, ਜੇ ਉਹ ਪੂਰਾ ਹੋ ਗਿਆ ਤਾਂ ਜਿਹੜਾ ਪੰਜਾਬ ਦੇ ਕਿਸਾਨ ਦਾ ਝੋਨਾ ਨਹੀਂ ਖਰੀਦਿਆ ਜਾਣਾ, ਉਹਦੀ ਜਿਨਸ ਰਹਿ ਜਾਣੀ ਆ। ਇਸੇ ਕਰਕੇ ਪੰਜਾਬ ਸਰਕਾਰ ਨੇ ਪਾਬੰਦੀ ਲਾਈ ਆ ਵੀ ਉਹ ਜਿਹੜਾ ਬਾਹਰਲੀ ਜਿਹੜੀ ਜਿਨਸ ਆ ਜਾਂ ਝੋਨਾ ਉਹ ਪੰਜਾਬ ਦੀਆਂ ਮੰਡੀਆਂ 'ਚ ਨਾ ਵਿਖੇ। ਇਹਦੇ ਬਾਵਜੂਦ ਵੀ ਜਿਹੜੀਆਂ ਪੰਜਾਬ ਦੇ ਵਿੱਚ ਟਰਾਲੇ ਭਰ ਭਰ ਕੇ, ਵੱਡੇ ਵੱਡੇ ਘੋੜੇ ਭਰ ਭਰ ਕੇ ਪੰਜਾਬ ਦੀਆਂ ਮੰਡੀਆਂ 'ਚ ਆ ਰਿਹਾ, ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਜਿਹੜਾ ਆਈ ਆ ਜਿਨਸ, ਝੋਨੇ ਦੀ ਜਿਨਸ ਆਈ ਆ, ਇਹਨੂੰ ਫੌਰੀ ਚੁਕਾਇਆ ਜਾਵੇ। ਉਹਦੀ ਥਾਂ 'ਤੇ ਜਿਹੜੇ ਪੰਜਾਬ ਦਾ ਝੋਨਾ, ਪੰਜਾਬ ਦੇ ਕਿਸਾਨ ਦਾ ਝੋਨਾ, ਉਹਦੀ ਖਰੀਦ ਸ਼ੁਰੂ ਕਰਕੇ ਉਹਨੂੰ ਭਰਿਆ ਜਾਵੇ, ਉਹਨੂੰ ਵਾਰਦਾਨਾ ਦਿੱਤਾ ਜਾਵੇ। ਇਹ ਹਾਂ ਹਾਂ ਇਹ ਹੈਗਾ ਜੀ, ਇਹ ਸਾਨੂੰ ਇਹ ਅੱਜ ਹੀ ਪਤਾ ਲੱਗਿਆ। ਅਸੀਂ ਜਿੰਨੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਾਰੇ ਅਸੀਂ ਕੋਈ ਰੇਲਵੇ ਟਰੈਕ 'ਤੇ ਬੈਠੇ ਹਾਂ, ਕੋਈ ਰਿਲਾਇੰਸ ਪੰਪ ਦੇ ਅੱਗੇ ਧਰਨਾ ਲਾਇਆ, ਕੋਈ ਪਲਾਜੇ 'ਤੇ ਬੈਠੇ ਹਾਂ। ਇਹ ਜਦੋਂ ਸਾਨੂੰ ਅੱਜ ਮੰਡੀ 'ਚ ਪਤਾ ਲੱਗਿਆ ਵੀ ਰਾਤ 2 ਘੋੜੇ ਲਏ ਆ ਇੱਥੇ, ਅਸੀਂ ਉਹ ਪਤਾ ਕੀਤਾ। ਸੁਬਾਹ ਦੇ ਅਸੀਂ ਇਸੇ ਸੀਗੇ ਵੀ ਇਹ ਕਿੱਥੋਂ ਆਇਆ ਝੋਨਾ, ਕਿਉਂਕਿ ਪਹਿਲਾਂ ਜਦੋਂ ਇੱਥੇ ਜਿਹੜੇ ਮੰਡੀ ਦੇ
जिन्हां दी फर्ज लिया होया झोना उन्होंने सानू झूठ बोलिया भी जी किसी किसान का झोना डेढ़ क्या तो तुसीं उन्हां नूं मिले हो। हाँ असीं फिर क्या भी उन्हां दा सानू एड्रैस दिओ भी उन्होंने खेत असीं देखांगे किहड़ा झोना वढ़िया होया उहदा जवाब नहीं दे सकदे सानू पता लग गया भी इह झोना बाहरों आया हुण मन नहीं भी गए ਵੀ ਝੋਨਾ ਕਰਕੇ ਬਹੁਤ ਵੱਡਾ ਇਹ ਕਿਸਾਨ ਪੰਜਾਬ ਦੇ ਕਿਸਾਨ ਨਾਲ ਧੋਖਾ ਇਹਦਾ ਮਤਲਬ ਜਿਹੜੇ ਮੰਡੀ ਦੇ ਮੂਹਤਬਾਰ ਆ ਜਿਨ੍ਹਾਂ ਨੇ ਖਰੀਦਦਾਰੀ ਕਰਨੀ ਆ ਉਹ ਮਿਲੇ ਹੋਏ ਆ। ਹਾਂ ਮਿਲੇ ਹੋਏ ਆ ਜੀ ਮਿਲੇ ਹੋਏ ਆ ਉਹਨਾਂ ਨੂੰ ਅਸੀਂ ਆੜਤਗਾਹ ਐਸੋਸੀਏਸ਼ਨ ਤੇ ਮੰਗ ਕਰਦੇ ਆ ਵੀ ਜੇ ਇਹ ਜਿਹੜਾ ਇਹ ਆੜਤਗਾਹ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨੂੰ ਐਸੋਸੀਏਸ਼ਨ ਚ ਕੱਢਿਆ ਜਾਵੇ ਤੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ। ਹੁਣ ਆਪਾਂ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਵੀ ਉਹਨਾਂ ਦੇ ਨੋਟਸ ਵਿੱਚ ਕੀ ਆਇਆ ਇਹ ਮਾਮਲਾ। ਹਾਂਜੀ ਸਰਪੰਚ ਸਾਹਿਬ ਇਹ ਮਾਮਲਾ ਤੁਹਾਡੇ ਕੋਲੇ ਕਿਵੇਂ ਆਇਆ? ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ। ਅਤੇ ਇਹ ਜਿਹੜੇ ਸਵੇਰੇ ਮੈਨੂੰ ਫੋਨ ਆਇਆ ਕਿਸੇ ਦਾ ਇੱਥੋਂ ਮੰਡੀ ਦੇ ਵਿੱਚੋਂ ਹੀ ਵੀ ਜਿਹੜਾ ਰਾਤ ਇੱਕ ਗੱਡੀ ਆਈ ਹੈ ਅਤੇ ਪਰਸੋਂ ਰਾਤ ਇੱਕ ਗੱਡੀ ਆਈ ਹੈ ਇੱਥੇ ਮਾਲ ਦੀ ਬਾਹਰਲਾ ਮਾਲ ਆ ਵੀ ਯੂਪੀ ਬਿਹਾਰ ਦਾ ਕੋਈ ਮਾਲ ਆ ਰਿਹਾ ਵਾ ਵੀ ਜਿਹਦੇ ਕਰਕੇ ਆਪਣੀ ਮੰਡੀ ਦਾ ਨੁਕਸਾਨ ਹੋਊਗਾ। ਚਲੋ ਮੈਂ ਸੱਜਣ ਮਿੱਤਰਾਂ ਸਾਰਿਆਂ ਦੇ ਨਾਲ ਜਿੱਦਾਂ ਜਥੇਬੰਦੀ ਨਾਲ ਵੀ ਗੱਲ ਕੀਤੀ ਜਥੇਬੰਦੀ ਨੇ ਆ ਕੇ ਉਸੇ ਟਾਈਮ ਮੌਕੇ 'ਤੇ ਇਹਨੂੰ ਸਾਰਾ ਕੁਝ ਦੇਖਿਆ ਅਤੇ ਬਾਅਦ ਦੇ ਵਿੱਚ ਮੈਂ ਚਲੋ ਪਹਿਲਾਂ ਤਾਂ ਬਤੌਰ ਸਰਪੰਚ ਇਹਨੂੰ ਦੇਖਿਆ ਫਿਰ ਮੈਂ ਡਾਇਰੈਕਟਰ ਵੀ ਹਾਂ ਮੰਡੀ ਦਾ ਉਹਦੇ ਕਰਕੇ ਮੈਂ ਜਿਹੜਾ ਆੜ੍ਹਤੀ ਆ ਵਾ ਉਹਨੂੰ ਫੋਨ ਕੀਤਾ ਉਹ ਮੇਰੇ ਕੋਲ ਉਹਨੇ ਕੋਈ ਸੱਚਾਈ ਨਹੀਂ ਆਪਦੀ ਪੇਸ਼ ਕਰ ਸਕਿਆ ਗਾ ਕਦੇ ਤਾਂ ਉਹ ਕਹਿੰਦਾ ਜੀ ਮੈਂ ਜਗਰਾਉਂ ਤੋਂ ਚੱਕ ਕੇ ਲਿਆਇਆ ਕਦੇ ਕਿਤੋਂ ਚੱਕ ਕੇ ਲਿਆਇਆ ਆੜ੍ਹਤੀ ਜਿਹੜੇ ਬੰਦੇ ਦਾ ਇਹਦਾ ਮਾਲਕ ਦਾ ਨਾਂ ਪੁੱਛਿਆ ਤਾਂ ਉਹ ਮਾਲਕ ਕੋਲ ਡੇਢ ਕਿੱਲਾ ਜ਼ਮੀਨ ਹੈ ਸਾਰੀ ਡੇਢ ਕੇ ਪਿੰਡ ਦਾ ਮੈਂ ਉੱਥੋਂ ਦੇ ਸਰਪੰਚ ਸਾਹਿਬ ਤੋਂ ਪਤਾ ਕੀਤਾ ਅਤੇ ਇਸ ਕਰਕੇ ਬੜਾ ਜਿਹੜਾ ਸਾਰਾ ਹੈਗਾ ਗਲਤ ਹੋ ਰਿਹਾ ਵਾ ਅਤੇ ਸਾਡੀ ਜਿਹੜੀ ਹੈਗੀ ਆ ਕਮੇਟੀ ਨੇ ਇਹਦੀ ਪ੍ਰਕਿਰਿਆ ਸ਼ੁਰੂ ਕਰਤੀ ਆ ਅਤੇ ਦੋ ਦਿਨ ਦਾ ਨੋਟਿਸ ਹੁੰਦਾ ਵਾ ਉਹ ਨੋਟਿਸ ਕੱਢ ਦਿੱਤਾ ਵਾ ਸੈਕਟਰੀ ਸਾਹਿਬ ਨਾਲ ਮੇਰੀ ਹੁਣੀ ਗੱਲ ਹੋਈ ਆ ਅਤੇ ਉਹ ਨੋਟਿਸ ਦੇ ਜਿਵੇਂ ਜਿਵੇਂ ਅਗਲੀ ਪ੍ਰਕਿਰਿਆ ਹੋਊਗੀ ਜੇ ਲਾਇਸੈਂਸ ਕੈਂਸਲ ਕਰਨ ਦੀ ਨੌਬਤ ਆਊਗੀ ਤਾਂ ਬਿਲਕੁਲ ਕਰਵਾਵਾਂਗੇ ਅਤੇ ਕਰਾਂਗੇ। ਅਸੀਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੇ ਕਿਸਾਨ ਇੱਕ ਪਾਸੇ ਤੋਂ ਆਪਾਂ ਉੱਥੇ ਬੈਠ ਕੇ ਧਰਨੇ ਲਾਉਂਦੇ ਹਾਂ ਕਿਸਾਨ ਘਰਾਂ ਦੇ ਵਿੱਚ ਉਹ ਆਪਦੇ ਕੰਮ ਛੱਡ ਕੇ ਜਾਂਦੇ ਆ ਅਤੇ ਇੱਕ ਪਾਸਿਓਂ ਇਹੋ ਜਿਹੇ ਘਟੀਆ ਲੋਕ ਆ ਜਿਹੜੇ ਬਾਹਰੋਂ ਮਾਲ ਲਿਆ ਕੇ ਚੰਦ ਪੈਸਿਆਂ ਦੀ ਖਾਤਰ ਉਹ ਆਪਦਾ ਘਪਲਾ ਕਰਦੇ ਆ। ਦੱਸਿਆ ਗਿਆ ਵੀ ਬੋਰੀਆਂ ਦੇ ਵਿੱਚ ਪੀਸ ਨਿਕਲਿਆ ਵੀ ਜੇ ਹਾਂਜੀ ਕੁਛ ਹੋਈ ਆ ਤਾਂ ਬੋਰੀਆਂ ਦੇ ਪੀਸ ਕਿੱਥੋਂ ਮਿਲ ਸਕਦੇ? ਬਿਲਕੁਲ ਜੀ ਬਿਲਕੁਲ ਇਹ ਤਾਂ ਹੈਗਾ ਸੱਚਾਈ ਆ ਵੀ ਮਾਲ ਬਾਹਰਲਾ ਉਹਨਾਂ ਨਾਲ ਸੰਪਰਕ ਕੀਤਾ ਜਾਂ ਹਜੇ? ਬਿਲਕੁਲ ਜੀ ਜਿਹੜਾ ਇੱਕ ਕੋਈ ਅੰਗਰੇਜ਼ ਸਿੰਘ ਸਨ ਆਫ ਸਰਪੰਚ ਸਿੰਘ ਕਿਹੜੇ ਪਿੰਡ ਦੇ? ਦੇੜਕੇ ਪਿੰਡ ਦੇ ਉੱਥੋਂ ਦੇ ਮੈਂ ਸਰਪੰਚ ਸਾਹਿਬ ਤੋਂ ਪਤਾ ਕੀਤਾ ਸੀਗਾ ਹੁਣ ਸਰਪੰਚ ਸਾਹਿਬ ਨੇ ਹੀ ਜਵਾਬ ਦਿੱਤਾ ਉਹ ਕਹਿੰਦੇ ਵੀ ਉਹਦੇ ਕੋਲ ਡੇਢ ਕਿੱਲਾ ਜ਼ਮੀਨ ਆ ਧੰਨਵਾਦ ਕਰਦੇ ਤੁਹਾਡਾ ਪਹਿਲਾਂ ਇਸ ਚੈਨਲ ਤੇ ਜਿਹੜਾ ਤੁਸੀਂ ਸਾਡੇ ਪਿੰਡ ਆ ਕੇ ਇਹ ਸਾਡਾ ਜਿਹੜਾ ਕਿਸਾਨਾਂ ਦਾ ਦੁੱਖ ਸਾਂਝਾ ਕੀਤਾ ਇਹ ਜੀ ਇੱਕ ਜਿਹੜਾ ਆੜ੍ਹਤੀ ਆ ਅੱਜ ਇਹ 600 ਰੁਪਈਆ ਵਾਧੇ ਜਾਂ ਖਰੀਦ ਰਿਹਾ ਇਹ ਮਤਲਬ ਮਾਲ ਇਹ ਲਿਆ ਕੇ ਵੇਚ ਰਿਹਾ ਇਹ ਸਰਾਸਰ ਕਿਸਾਨਾਂ ਨਾਲ ਧੱਕਾ ਕਰਦਾ ਲੁੱਟ ਕਰਦਾ ਕਿਸਾਨਾਂ ਦੀ। ਇਹ ਗੱਲ ਹੈਗੀ ਆ ਵੀ ਲੋਕ ਕਿਸਾਨ ਆ ਜਿਹੜੇ ਉਹ ਰੇਲਾਂ ਦੀਆਂ ਲੀਹਾਂ 'ਤੇ ਜਾਂ ਪੰਪਾਂ 'ਤੇ ਬੈਠੇ ਨੇ ਇਹ ਉਹਦਾ ਫਾਇਦਾ ਉਠਾ ਰਹੇ ਆ ਜਿਹੜੇ ਇਹੋ ਜਿਹੇ ਆੜ੍ਹਤ ਗਏ ਆ। ਇਸ ਕਰਕੇ ਜੋ ਇਹ ਪੁਰਾਣੇ ਵਾਰਦਾਨੇ 'ਚ ਭਰਿਆ ਕੋਲ ਸਬੂਤ ਆ ਛਾਣ ਪਿਆ ਉਹਦੇ 'ਚ ਧਾਗੇ ਪਏ ਆ ਤਰਪਾਲਾਂ 'ਤੇ ਲੜ ਪਏ ਆ ਸੈਕਟਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਵੀ ਅਸੀਂ ਇਹਨਾਂ 'ਤੇ ਬਣਦੀ ਜੋ ਦੋ ਦਿਨ ਦਾ ਨੋਟਿਸ ਦਿੱਤਾ ਵੀ ਉੱਥੇ ਇੰਸਪੈਕਟਰ ਸਾਹਿਬ ਨੇ ਕਿਹਾ ਵੀ ਸਾਡੇ ਤਾਂ ਅੱਜ ਧਿਆਨ 'ਚ ਨਹੀਂ ਸਾਡਾ ਕੋਈ ਬਾਰਦਾਨਾ ਨਹੀਂ ਉੱਥੇ ਆਇਆ। ਹੁਣ ਆਪਾਂ ਕਿਸਾਨਾਂ ਦੀ ਰਾਏ ਲੈਂਦੇ ਹਾਂ ਵੀ ਕੀ ਕਹਿੰਦੇ ਆ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਮੰਡੀ ਦੇ ਵਿੱਚ ਅਸੀਂ ਆਪਦੀ 'ਤੇ ਝੋਨਾ ਵਿਕਣ ਨਹੀਂ ਦੇਣਾ ਇਹ ਚੁਕਾਵਾਂਗੇ ਸਾਰਾ ਚੁਕਾਵਾਂਗੇ ਇਹ ਜਿਹੜਾ ਚੁਕਾ ਕੇ ਜਿੱਥੇ ਜਿੱਥੇ ਵੀ ਸਾਡੇ ਸਾਰੇ ਭਰਾ ਬੈਠੇ ਧਰਨਿਆਂ 'ਤੇ ਉਹਨਾਂ ਕੋਲ ਉੱਥੇ ਸਾਰਾ ਇਹਦਾ ਵੇਚ ਕੇ ਅਸੀਂ ਉੱਥੇ ਕਰਾਂਗੇ ਸਾਰਾ ਨਾਲ ਦੇ ਗਾਂਹ ਚੱਲਾਂਗੇ ਨਾਲ ਉਹਨਾਂ ਦੇ ਲੱਗਾਂਗੇ ਸਾਰਿਆਂ ਦੇ ਜੀ। ਅਸੀਂ ਅੱਜ ਨੌਜਵਾਨ ਪੀੜ੍ਹੀ ਸੜਕਾਂ 'ਤੇ ਪਹੁੰਚੀ ਹੋਈ ਆ ਤੁਸੀਂ ਮੰਡੀ ਦੇ ਵਿੱਚ ਪਹੁੰਚੇ ਹੋ ਕੀ ਦਰਦ ਲੈ ਕੇ ਆਏ? ਅਸੀਂ ਇਹ ਝੋਨਾ ਵਿਕਣ ਨਹੀਂ ਦੇਵਾਂਗੇ ਵੀ ਮੁੜ ਕੇ ਸਾਡਾ ਆਪਦਾ ਝੋਨਾ ਖਰਾਬ ਹੋਊਗਾ ਜੇ ਬਾਹਰਲਾ ਝੋਨਾ ਇੱਥੇ ਪੰਜਾਬ ਦੀ ਮੰਡੀ 'ਚ ਵਿਕੂਗਾ ਸਾਡੇ ਪਿੰਡ ਦੀ ਮੰਡੀ 'ਚ ਆ ਕੇ ਵਿਕੂਗਾ ਜੀ ਇਹਦੇ ਨਾਲ ਫਿਰ ਸਾਡੀ ਮੁਸ਼ਕਲ ਖਰਾਊਗੀ ਸਾਡੇ ਆਮ ਕਿਸਾਨਾਂ ਨੂੰ। ਜਦੋਂ ਤੁਹਾਨੂੰ ਪਤਾ ਲੱਗਿਆ ਫਿਰ ਕੀ ਕਰਿਆ? ਅਸੀਂ ਇਹਦਾ ਰੋਕਥਾਮ ਕਰੀ ਵੀ ਇਹ ਝੋਨੇ ਦਾ ਵੀ ਦੱਸੋ ਵੀ ਇਹ ਕਿੱਥੋਂ ਆਇਆ ਝੋਨਾ ਵੀ ਕਦੋਂ ਲਿਆ ਵੀ ਸੁਬਾਹ ਝੋਨਾ ਇੱਥੇ ਹੈ ਨਹੀਂ ਸੀ ਸ਼ਾਮ ਨੂੰ ਇਹ ਝੋਨਾ ਲਿਆ ਰਿਹਾ ਰਾਤ ਨੂੰ 11:30 ਵਜੇ ਝੋਨਾ ਲਿਆ ਵੀ ਇਹ ਕਿੱਥੋਂ ਪੈਦਾ ਹੋਇਆ ਰਾਤ ਨੂੰ ਇਹਦਾ ਨਾਂ ਕੋਈ ਕਹਿੰਦੇ ਹੋਊਗਾ ਜਿਹਦਾ ਨਾਂ ਲਿਆ ਜੀ ਅੰਗਰੇਜ਼ ਸਿੰਘ ਦਾ ਸਨ ਆਫ ਦਾ ਨਹੀਂ ਨਾਂ ਦੱਸ ਰਹੇ ਇਹਨਾਂ ਕੋਲ ਕੋਈ ਸਬੂਤ ਹੀ ਹੈ ਨਹੀਂ ਗਾ ਜੀ ਇਹਨਾਂ ਲਈ ਡੇਢ ਕਿੱਲੇ ਦੀ ਫਸਲ ਪਾਸੇ ਕਹਿੰਦੇ ਵੀ ਇੱਕ ਜ਼ਿਮੀਂਦਾਰ ਦਾ ਝੋਨਾ ਵਾ ਇੱਕ ਪਾਸੇ ਨੌ ਗੇਟ ਪਾਸ ਲਈ ਪਏ ਰਹਿ ਕਰਕੇ। ਅਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਸੀਂ ਜੀ ਵਿਕਣ ਨਹੀਂ ਦੇਣਾ ਬਸ ਸਾਡਾ ਇਹੀ ਆ ਕੀ ਸੰਘਰਸ਼ ਲੈ ਕੇ ਧੋਖੇਬਾਜ਼ੀ ਬੰਦ ਕਰੋ।
नहीं होने देंगे, खेती कानून नहीं चलेगा, खेती कानून रद्द करो, मोदी सरकार मुर्दाबाद, किसान विरोधी खेती कानून मुर्दाबाद, बारला झोना नहीं बिकन देंगे, यूपी बिहार का झोना नहीं बिकन देंगे, मोदी सरकार मुर्दाबाद, मोदी सरकार मुर्दाबाद।